ਚਿੱਟਾ ਗੁਣ ਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ। ਸਵਾਗਤ ਹੈ ਸਾਰਿਆਂ ਦਾ ਮੇਰਾ ਪੰਜਾਬੀ ਚੈਨਲ ਸੱਭਿਆਚਾਰਕ ਚੈਨਲ, ਸ਼ੁਰੂ ਕਰਦੇ ਹਾਂ ਵੀਡੀਓ ਆਪਾਂ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਸਪ੍ਰੀਤ ਸਿੰਘ। ਮੇਰੀ ਪਹਿਲੀ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚਲੋ ਕੁਝ ਲੋਕਾਂ ਨੇ ਲਾਈਕ ਵੀ ਕੀਤਾ ਤੇ ਖੁਸ਼ ਹਾਂ ਬਹੁਤ। ਤੇ ਅੱਜ ਫੇਰ ਆਪਾਂ ਇੱਕ ਹੋਰ ਪੰਜਾਬੀ ਸੱਭਿਆਚਾਰ ਰਿਲੇਟਡ ਕੁਝ ਨਵਾਂ ਲੈ ਕੇ ਆਏ ਹਾਂ, ਜੋ ਸ਼ਾਇਦ ਕਿਸੇ ਨੂੰ ਨਹੀਂ ਪਤਾ। ਪਤਾ ਮੈਨੂੰ ਵੀ ਨਹੀਂ ਸੀ, ਲੇਕਿਨ ਮੈਂ ਉਹਦੇ ਬਾਰੇ ਪਤਾ ਪੜਿਆ ਤੇ ਮੈਂ ਸੋਚਿਆ ਉਹਦੇ ਬਾਰੇ ਫੇਰ ਸਾਂਝਾ ਕੀਤਾ ਜਾਵੇ ਉਸ ਗੱਲ ਬਾਰੇ। ਤੇ ਪਹਿਲਾਂ ਆਪਾਂ ਉਖਲੀ ਸ਼ਬਦ, ਉਖਲੀ ਦੇ ਬਾਰੇ, ਫਿਰ ਉਖਲੀ ਦੇ ਬਾਰੇ ਦੱਸਿਆ ਗਿਆ ਸੀ ਤੇ ਵੀ ਅੱਜ ਕੱਲ ਉਖਲੀ ਦੀ ਜਗ੍ਹਾ ਕਿਸਨੇ ਲੈ ਲਈ ਉਹਦੇ ਬਾਰੇ ਦੱਸਿਆ ਗਿਆ ਸੀਗਾ। ਅੱਜ ਆਪਾਂ ਗੱਲ ਕਰਾਂਗੇ ਇੱਕ ਨਵੀਂ ਹੀ ਪੁਰਾਣੀ, ਬਹੁਤ ਪੁਰਾਤਨ, ਬਹੁਤ ਹੀ ਪੁਰਾਣੀ ਚੀਜ਼ ਜਿਹੜੀ ਕਿ ਕਈ ਸਾਲ ਪਹਿਲਾਂ ਵਰਤੀ ਜਾਂਦੀ ਸੀ, ਲੇਕਿਨ ਅੱਜ ਦੇ ਟਾਈਮ ਦੇ ਵਿੱਚ ਉਹ ਬਸ ਉਹੀ ਗੱਲ ਵੀ ਪੁਰਾਣੀਆਂ ਨੂੰ ਭੁੱਲ ਗਏ, ਨਵੀਆਂ ਕਨਵਰਟ ਹੋ ਗਈਆਂ, ਉਹ ਚੀਜ਼ਾਂ ਆ ਗਈਆਂ। ਹੁਣ ਅੱਜ ਆਪਾਂ ਗੱਲ ਕਰਦੇ ਹਾਂ ਕੁਨਾਲੀ। ਕੁਨਾਲੀ ਸ਼ਬਦ ਕਿਸੇ ਨੇ ਸੁਣਿਆ ਤਾਂ ਜ਼ਰੂਰ ਕਮੈਂਟ 'ਚ ਦੱਸਿਓ, ਜੇ ਨਹੀਂ ਸੁਣਿਆ ਤਾਂ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਕੁਨਾਲੀ ਦੇ ਬਾਰੇ ਦੱਸਾਂਗੇ, ਕੁਨਾਲੀ ਕਿੱਥੋਂ ਪਹਿਲਾਂ ਕਿਵੇਂ ਬਣਦੀ ਸੀ ਤੇ ਜਾਂ ਕੁਨਾਲੀ ਨੂੰ ਕਿਵੇਂ ਕਿਸ ਵਾਸਤੇ ਯੂਜ਼ ਕੀਤਾ ਜਾਂਦਾ ਸੀ ਤੇ ਕੁਨਾਲੀ ਨੂੰ ਮਤਲਬ ਕਿ ਘਰਾਂ ਦੇ ਵਿੱਚ ਕੌਣ ਕਿੱਥੇ ਕਿਹੜੀ ਜਗ੍ਹਾ ਉਹਦੇ ਕੀ ਕੰਮ ਸੀ ਤੇ ਅੱਜ ਕੁਨਾਲੀ ਦੀ ਜਗ੍ਹਾ ਕਿਸਨੇ ਲੈ ਲਈ ਉਹਦੇ ਬਾਰੇ ਅੱਜ ਗੱਲ ਕਰਾਂਗੇ। ਇਹ ਵੀ ਪੰਜਾਬੀ ਸੱਭਿਆਚਾਰ ਰਿਲੇਟਡ ਹੀ ਹੈ, ਪੰਜਾਬੀ ਬਹੁਤ ਪੁਰਾਣੀ ਚੀਜ਼ ਹੈ ਤੇ ਗੱਲ ਕਰਦੇ ਹਾਂ ਆਪਾਂ, ਸ਼ੁਰੂ ਕਰਦੇ ਹਾਂ ਵੀਡੀਓ। ਤੇ ਸੇਮ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੈਨੂੰ ਤੁਹਾਡਾ ਪਿਆਰ ਇੱਦਾਂ ਹੀ ਮਿਲਦਾ ਰਹੇ। ਤੇ ਅੱਜ ਕੱਲ੍ਹ ਸ਼ਬਦ ਸ਼ੁਰੂ ਕਰਦੇ ਹਾਂ ਕੁਨਾਲੀ। ਆਟਾ ਗੁੰਨਣ ਵਾਸਤੇ ਮਿੱਟੀ ਦੇ ਬਣੇ ਗੋਲ ਚੌੜੇ ਭਾਂਡੇ ਨੂੰ ਕੁਨਾਲੀ ਕਹਿੰਦੇ ਸਨ। ਪਹਿਲਾਂ ਦੇ ਜ਼ਮਾਨੇ ਵਿੱਚ ਉਹਨੂੰ ਮਿੱਟੀ ਦੀ ਪਰਾਤ ਵੀ ਕਹਿੰਦੇ ਸਨ। ਜਿਉਂ ਜਿਉਂ ਮਨੁੱਖੀ ਵਿਕਾਸ ਹੁੰਦਾ ਗਿਆ ਉਦੋਂ ਉਦੋਂ ਉਸ ਟਾਈਮ 'ਤੇ ਉਹਨਾਂ ਨੇ ਮਿੱਟੀ ਦੇ ਭਾਂਡਿਆਂ ਦਾ ਹੀ ਵਰਤੋਂ ਸ਼ੁਰੂ ਕਰ ਦਿੱਤੀ ਸੀ। ਪਰ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਲੋਕ ਘਰਾਂ ਦੇ ਵਿੱਚ ਮਿੱਟੀ ਦੇ ਬਰਤਨ ਦੇਖਣ ਤੱਕ ਨਹੀਂ ਮਿਲਦੇ, ਪਰ ਕਈ ਜਗ੍ਹਾ ਅੱਜ ਵੀ ਮਿੱਟੀ ਦੇ ਬਰਤਨ ਯੂਜ਼ ਕੀਤੇ ਜਾਂਦੇ ਹਨ। ਇਸ ਨੂੰ ਮਿੱਟੀ ਦੀ ਪਰਾਤ ਜਾਂ ਕੁਨਾਲੀ ਕਹਿ ਕੇ ਪੁਕਾਰਿਆ ਜਾਂਦਾ ਸੀਗਾ ਅਤੇ ਇਹ ਮਿੱਟੀ ਕਾਲੀ ਚਿਕਨੀ ਮਿੱਟੀ ਜੋ ਕਿ ਘੁਮਿਆਰ ਦੁਆਰਾ ਆਪਣੇ ਚੱਕ 'ਤੇ ਡੋਲ ਕੇ ਬਣਾਈ ਜਾਂਦੀ ਸੀ। ਉਸ ਤੋਂ ਬਾਅਦ ਉਸ ਨੂੰ ਅੱਗ ਦੇ ਵਿੱਚ ਚੰਗੀ ਤਰ੍ਹਾਂ ਪਕਾਇਆ ਜਾਂਦਾ ਸੀ। ਅੱਜ ਉਹ ਫੋਟੋ ਦੇਖ ਰਹੇ ਹੋ, ਇਹ ਪਹਿਲਾਂ ਦੇ ਜ਼ਮਾਨੇ ਦੀ ਪੁਰਾਣੀ ਜੋ ਕਿ ਮੈਂ ਕਿਤੋਂ ਮੈਨੂੰ ਕਿਤੋਂ ਮਿਲੀ ਹੈ, ਮੈਂ ਤੁਹਾਡੇ ਨੂੰ ਦਿਖਾਉਣ ਵਾਸਤੇ ਅਪਲੋਡ ਕੀਤੀ ਹੈ। ਇਹ ਮਿੱਟੀ ਦੀ ਕੁਨਾਲੀ ਹੀ ਬਣੀ ਹੋਈ ਹੈ, ਲੇਕਿਨ ਜਿਉਂ ਜਿਉਂ ਟਾਈਮ ਬੀਤਦਾ ਗਿਆ ਤਰੱਕੀਆਂ ਲੋਕਾਂ ਦੇ ਵਿੱਚ ਤਰੱਕੀਆਂ ਹੋ ਗਈਆਂ ਅਤੇ ਮਿੱਟੀ ਦੇ ਭਾਂਡਿਆਂ ਤੋਂ ਫਿਰ ਲੱਕੜ ਦੇ ਵਿੱਚ ਵੀ ਆਈ, ਜਿਸ ਨੂੰ ਪ੍ਰਾਂਤੜਾ ਕਹਿੰਦੇ ਸੀ, ਕਈ ਜਗ੍ਹਾ ਇਹਨੂੰ ਕੁਠਾਲੀ ਕੁਠਾਲੀ ਵੀ ਕਹਿੰਦੇ ਸੀ। ਲੇਕਿਨ ਹੁਣ ਦੇ ਅੱਜ ਦੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਜਿਉਂ ਜਿਉਂ ਲੋਕਾਂ ਦੀਆਂ ਅਪਗ੍ਰੇਡ ਕਹਿ ਦਿਉ ਜਾਂ ਕਨਵਰਟਰ ਕਹਿ ਦਿਉ, ਉਸ ਤਰ੍ਹਾਂ ਅੱਜ ਕੱਲ੍ਹ ਲੋਕ ਘਰਾਂ ਦੇ ਵਿੱਚ ਪ੍ਰਾਂਤਾਂ ਦਾ ਡਿਜ਼ਾਇਨ, ਪ੍ਰਾਂਤਾਂ ਦੇ ਹੋਰ ਕਈ ਡੋਲ ਹੋਰ ਧਾਤੂ ਜਿੱਦਾਂ ਕਿ ਸਟੀਲ ਜਾਂ ਪਿੱਤਲ ਦੇ ਵਿੱਚ ਵੀ ਯੂਜ਼ ਕਰਨ ਲੱਗ ਗਏ। ਅਤੇ ਅੱਜ ਕੱਲ੍ਹ ਤੁਹਾਨੂੰ ਘਰਾਂ ਦੇ ਵਿੱਚ ਆਮ ਭਾਂਡੇ ਤਕਰੀਬਨ ਸਾਰੇ ਸਟੀਲ ਦੇ ਜਾਂ ਅਲਮੀਨੀਅਮ ਦੇ ਤੁਹਾਨੂੰ ਜਾਂ ਲੋਹੇ ਦੇ ਵੀ ਬਹੁਤ ਘੱਟ ਮਿਲਣਗੇ, ਲੇਕਿਨ ਸਟੀਲ ਅਤੇ ਪਿੱਤਲ ਦੇ ਹੀ ਭਾਂਡੇ ਮਿਲਣਗੇ। ਫੋਟੋ ਵਿੱਚ ਦਿੱਤੀ ਹੋਈ ਪਿੱਤਲ ਦੀ ਪਰਾਤ ਹੈ ਜੋ ਕਿ ਅੱਜ ਕੱਲ੍ਹ ਆਮ ਹੀ ਘਰਾਂ ਦੇ ਵਿੱਚ ਇਹੀ ਅੱਜ ਕੱਲ੍ਹ ਵਰਤੋਂ ਦੇ ਵਿੱਚ ਲਿੱਤੀ ਜਾਂਦੀ ਹੈ, ਜਾਂ ਕਈ ਜਗ੍ਹਾ ਸਟੀਲ ਦੀ ਵੀ ਯੂਜ਼ ਕਰਦੇ ਆ, ਪਰ ਪਿੱਤਲ ਦੀ ਪਰਾਤ ਹਰੇਕ ਘਰ ਦੇ ਵਿੱਚ ਮੈਨੂੰ ਲੱਗਦਾ ਮਿਲ ਜੂਗੀ। ਅਤੇ ਅੱਜ ਕੱਲ੍ਹ ਆਟਾ ਇਹਨਾਂ ਪ੍ਰਾਂਤਾਂ ਦੇ ਵਿੱਚ ਹੀ ਗਿਣਿਆ ਜਾਂਦਾ ਹੈਗਾ। ਅੱਜ ਕੱਲ੍ਹ ਨਹੀਂ, ਮਿੱਟੀ ਦੇ ਜਾਂ ਲੱਕੜ ਦੇ ਪ੍ਰਾਂਤੜੇ ਨੇ ਤੁਹਾਨੂੰ ਮਿਲਣ ਦੇਖਣ ਨੂੰ ਮਿਲਣਗੇ। ਇਹਨੂੰ ਅਲੱਗ ਅਲੱਗ ਸਮੇਂ ਦੇ ਅਨੁਸਾਰ ਇਹਨਾਂ ਦੇ ਨਾਮ ਵੀ ਚੇਂਜ ਹੋ ਗਏ, ਜਿੱਦਾਂ ਸ਼ੁਰੂ 'ਚ ਕੁਨਾਲੀ ਕਹਿੰਦੇ ਸੀ, ਫਿਰ ਪ੍ਰਾਂਤੜਾ ਕਹਿਣ ਲੱਗ ਗਏ, ਅਤੇ ਅੱਜ ਕੱਲ੍ਹ ਪ੍ਰਾਂਤ ਹੀ ਬੋਲਦੇ ਨੇ। ਅਤੇ ਮੇਰਾ ਮਕਸਦ ਇਹੀ ਹੈ ਕਿ ਕੋਈ ਨਵਾਂ ਸ਼ਬਦ ਜਾਂ ਜਿਹੜਾ ਮੈਨੂੰ ਨਹੀਂ ਪਤਾ ਹੁੰਦਾ, ਲੇਕਿਨ ਮੈਂ ਤੁਹਾਡੇ ਤੱਕ ਪਹੁੰਚਦਾ ਕਰਦਾ। ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੀ ਰਾਏ ਕਮੈਂਟ ਦੇ ਵਿੱਚ ਕਰਨਾ, ਜੇ ਚੰਗੀ ਲੱਗੀ ਤਾਂ ਲਾਈਕ ਵੀ ਕਰਨਾ ਅਤੇ ਜ਼ਰੂਰ ਸ਼ੇਅਰ ਵੀ ਕਰਨਾ। ਤਦ ਆਪਾਂ ਫਿਰ ਮਿਲਦੇ ਹਾਂ ਕੋਈ ਨਵੀਂ ਜੀ, ਫਿਰ ਕੋਈ ਨਵੇਂ ਪੰਜਾਬੀ ਸੱਭਿਆਚਾਰ ਦਾ ਵਰਡ ਜੋ ਲੋਪ ਚੁੱਕਿਆ ਲੈ ਕੇ ਆਉਂਦੇ ਹਾਂ ਫਿਰ ਤੁਹਾਡੇ ਲਈ। ਉਹਨਾਂ ਤੱਕ ਪਿਆਰ ਵਾਲੀ ਸਤਿ ਸ਼੍ਰੀ ਅਕਾਲ, ਸਾਰੇ ਹੱਸਦੇ ਵੱਜਦੇ ਰਹੋ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।